ਸਸਰੀ ਗਾਲ ਜੀ ਮੈਂ ਡਾਕਟਰ ਸੁਵੈਮਾਨ ਸਿੰਘ ਪਖੂਕੇ ਅੱਜ ਤੁਹਾਡੇ ਤੁਹਾਣਾ ਇਥੋਂ ਟਿਕਰੀ ਬਾਰਡਰ ਤੋਂ ਗੱਲਬਾਤ ਕਰਦੇ ਆਂ ਵਾ ਮੈਂ ਕਿਉਂਕਿ ਇਥੇ ਬਹੁਤ ਕੁਝ ਵੇਖ ਲਿਆ ਸੋ ਆਪਣੇ ਨਾਲ ਤੁਹਾਡੇ ਨਾਲ ਆਪਣੇ ਐਕਸਪੀਰੀਅੰਸ ਜੀ ਸ਼ੇਅਰ ਕਰੂੰਗਾ ਜਿਹੜੇ ਕੁਐਸਚਨ ਲੋਕ ਮੈਨੂੰ ਪੁੱਛਦੇ ਆ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਅੱਗੇ ਆਪਾਂ ਇਹ ਕਿੱਦਾਂ ਚੱਲ ਸਕਦੇ ਆਂ ਕਿ ਆਪਣੇ ਲੋਕਾਂ ਦੀ ਆਪਾਂ ਸੇਵਾ ਕਰ ਸਕੀ ਉਹ ਉਹ ਵੀ ਕੁਐਸਚਨਸ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰੂੰਗਾ ਆਹ ਟਰੈਕਟਰ ਆਪਣਾ ਹੀ ਆ ਜੀ ਆਪਣੇ ਪਿੰਡੋਂ ਲਿਆਂਦਾ ਤੇ ਆ ਜਿਹੜੀ ਜ਼ਮੀਨ ਤੇ ਆਪਾਂ ਗੱਲਬਾਤ ਕਰ ਰਹੇ ਆ ਇਹ ਵੀ ਹੁਣ ਆਪਣੀ ਆ ਜੀ ਇਹ ਪਿੰਡ ਆਪਾਂ ਵਸਾਉਣਾ ਇਹ ਪਿੰਡ ਦਾ ਨਾਮ ਹੈ ਜੀ ਧਨਕਰਤਾਰ ਬਜ਼ੁਰਗਾਂ ਲਈ ਬੀਬੀਆਂ ਲਈ ਇੱਥੇ ਹਰ ਇੱਕ ਫੈਸਿਲਿਟੀ ਦਿੱਤੀ ਜਾਊਗੀ 20 ਬਾਥਰੂਮ ਜਿਹੜੇ ਰਾਉਂਡ ਦਾ ਕਲੌਕ ਸਫਾਈ ਹੋਊਗੀ ਲਾਇਬ੍ਰੇਰੀ ਪਹਿਲਵਾਨੀ ਅਖਾੜਾ ਆ ਆਪਣਾ ਹਸਪੀਟਲ ਕੱਲ ਇੱਥੇ ਜੀਸੀਬੀ ਮਰਾ ਕੇ ਪੂਰੀ ਆਪਣੀ ਜਿਹੜੀ ਗਰਾਊਂਡ ਆ ਉਹ ਸਾਫ਼ ਕਰਾਈ ਜੀ ਸੋ ਪਹਿਲਾ ਕੁਐਸਚਨ ਜਿਹੜਾ ਲੋਕ ਮੈਨੂੰ ਬਾਰ-ਬਾਰ ਪੁੱਛਦੇ ਆ ਕਿ ਤੂੰ ਯਾਰ ਡਾਕਟਰ ਆ ਕਿਉਂ ਇੱਥੇ ਆਇਆ ਕਿ ਆਪਣਾ ਸਭ ਕੁਝ ਛੱਡ ਕੇ ਏਸ਼ੀਆ ਵਾਲੇ ਕਮਰੇ ਛੱਡ ਕੇ ਇੱਥੇ ਕਿਉਂ ਆਇਆ ਉਹ ਮੈਂ ਗੱਲ ਉਹਦਾ ਜਵਾਬ ਤੁਹਾਨੂੰ ਇੱਕ ਇਹੋ ਹੀ ਦੱਸਦਾ ਕਿ ਜਿਹੜੀ ਜ਼ਿੰਦਗੀ ਆ ਨਾ ਲਾਈਫ ਆ ਕਿਸੇ ਦੀ ਉਹ ਵਾਪਸ ਨਹੀਂ ਆ ਸਕਦੀ ਜਿਹੜੀਆਂ ਮੇਰੀ ਕਾਰਡੀਆਲੋਜੀ ਆ ਇਹ ਵੀ ਮੈਨੂੰ ਵਾਪਸ ਮਿਲ ਸਕਦੀ ਹੈ ਜੇ ਮੈਂ ਮਿਹਨਤ ਹੋਰ ਕਰ ਲਾਂ ਤੇ ਹੋ ਸਕਦਾ ਨਾ ਵੀ ਮਿਲੇ ਪਰ ਕੋਈ ਗੱਲ ਨਹੀਂ ਪਰ ਜਿਹੜੀ ਜ਼ਿੰਦਗੀ ਆ ਨਾ ਕਿਸੇ ਦੀ ਗਈ ਉਹ ਵਾਪਸ ਨਹੀਂ ਆ ਸਕਦੀ ਇਸ ਵੇਲੇ ਜਿਹੜੇ ਸਾਡੇ ਕਿਸਾਨ ਵੀਰ ਆ ਨਾ ਉਹ ਮਰ ਰਹੇ ਆ ਅੱਜ ਹੱਥਾ 'ਚ ਮੇਰੇ ਕਿਸੇ ਦੀ ਮੌਤ ਹੋਈ ਆ ਤੇ ਜੇ ਉਹਦੇ ਪਰਿਵਾਰ ਨੂੰ ਮੈਂ ਇਹ ਕਹਦਾ ਕਿ ਭਈ ਮੈਂ ਚੱਲਿਆ ਜੋ ਅਮਰੀਕਾ ਮੇਰੀ ਉੱਥੇ ਜੌਬ ਆ ਤੇ ਤੁਹਾਨੂੰ ਕੀ ਲੱਗਦਾ ਉਹ ਉਹ ਮੇਰੇ ਮੂੰਹ ਵਾਲੇ ਕਿੱਦਾਂ ਵੇਖਣਗੇ ਜਾਂ ਜੇ ਆਪਾਂ ਭਗਤ ਸਿੰਘ ਬਾਰੇ ਪੜਦੇ ਆ ਉਧਮ ਸਿੰਘ ਬਾਰੇ ਪੜਦੇ ਆ ਤੇ ਅਸੀਂ ਆਪਣੇ ਸ਼ਹੀਦਾਂ ਨੂੰ ਕੀ ਜਵਾਬ ਦਵਾਂਗੇ ਆਪਾਂ ਆਪਣੇ ਸਹਿਬਜ਼ਾਦਿਆਂ ਨੂੰ ਕੀ ਜਵਾਬ ਦਵਾਂਗੇ ਵੇਖੋ ਵੀਰੇ ਜੇ ਕਿਸੇ ਦੀ ਉਮਰ 9 ਸਾਲ ਤੋਂ ਉੱਪਰ ਹੋ ਗਈ ਆ ਨਾ 23 ਸਾਲ ਤੋਂ ਉੱਪਰ ਹੋ ਗਈ ਆ ਤੁਸੀਂ ਬੋਨਸ ਵਿੱਚ ਜੋ ਜਿਹੜੀ ਆਪਣੀ ਕੌਮ ਹੈ ਨਾ ਇਹਦੀ ਉਮਰ ਬਸ 9 ਤੋਂ 23 ਸਾਲ ਹੁੰਦੀ ਆ ਬਾਕੀ ਸਾਰੀ ਫਾਲਤੂ ਸੋ ਇਹ ਗੱਲ ਸੋਚੋ ਸਮਝੋ ਕਿਹੜਾ ਸੰਘਰਸ਼ ਆਪਣੇ ਬਜ਼ੁਰਗਾਂ ਦਾ ਵਾ ਬੜਾ ਹੀ ਸਟਰਗਲ ਕਰ ਰਹੇ ਆ ਬਹੁਤ ਜਿਆਦਾ ਇਹਨਾਂ ਨੂੰ ਲੋੜ ਆ ਤੁਹਾਡੀ ਸਪੋਰਟ ਦੀ ਤੁਹਾਡੀ ਸੇਵਾ ਦੀ ਇਹਨਾਂ ਦਾ ਸਾਥ ਦੋ ਤੇ ਸਹੀ ਤਰ੍ਹਾਂ ਕਈ ਲੋਕ ਐਸੇ ਵੀ ਆ ਜਿਹੜੇ ਸਾਥ ਦੇਣਾ ਚਾਹੁੰਦੇ ਆ ਪਰ ਗਲਤੀ ਨਾਲ ਉਹਨਾਂ ਦਾ ਮਨ ਨਹੀਂ ਹੁੰਦਾ ਪਰ ਉਹ ਇਹ ਜਿਹੜੇ ਉਹਨਾਂ ਦਾ ਸੰਘਰਸ਼ ਆ ਉਹ ਚ ਇੱਟ ਬਣ ਕੇ ਆ ਜਾਂਦੇ ਆ ਸੋ ਬਹੁਤ ਧਿਆਨ ਨਾਲ ਕਿ ਤੁਸੀਂ ਕਿਦਾਂ ਇਹਨਾਂ ਨੂੰ ਦੀ ਹੈਲਪ ਕਰ ਸਕਦੇ ਜੋ ਸੇਵਾ ਕਰ ਸਕਦੇ ਹੋ ਸੋ ਮੇਰਾ ਇਹੋ ਹੀ ਰੀਜ਼ਨ ਇੱਥੇ ਆਉਂਦਾ ਕਿ ਸਾਡੇ ਬਜ਼ੁਰਗਿਆ ਕੋਈ ਵੀ ਚੀਜ਼ ਇਹਨਾਂ ਤੋਂ ਉੱਪਰ ਨਹੀਂ ਆਪਣੇ ਲਈ ਹੋ ਸਕਦੀ ਕੋਈ ਵੀ ਕਰੀਅਰ ਨਹੀਂ ਇਹਨਾਂ ਤੋਂ ਉੱਪਰ ਹੋ ਸਕਦਾ ਕੋਈ ਐਗਜ਼ਾਮ ਇਹਨਾਂ ਤੋਂ ਉੱਪਰ ਨਹੀਂ ਹੋ ਸਕਦਾ ਬਾਕੀ ਸਭ ਆਪਾਂ ਵਾਪਸ ਲੈ ਲਾਂਗੇ ਜਦੋਂ ਸਾਨੂੰ ਟਾਈਮ ਮਿਲਿਆ ਮਿਹਨਤ ਹੋਰ ਕਰ ਲਾਂਗੇ ਪਰ ਜਿਹੜੇ ਜਿਹੜੇ ਬਜ਼ੁਰਗ ਦੀ ਇੱਥੇ ਆਪਣੀ ਜ਼ਿੰਦਗੀ ਗਈ ਨਾ ਉਹ ਵਾਪਸ ਨਹੀਂ ਆਉਣੀ ਸੋ ਇਹ ਮੇਰਾ ਰੀਜ਼ਨ ਹੈ ਇੱਥੇ ਆਉਣ ਦਾ ਬਾਕੀ ਇੱਕ ਵੱਡੀ ਚੀਜ਼ ਜੋ ਮੈਂ ਇੱਥੇ ਵੇਖ ਰਿਹਾ ਆ ਉਹ ਕਿਉਂਕਿ ਆਪਾਂ ਸੋਚਦੇ ਆ ਕਿ ਯਾਰ ਇਹ ਮੋਰਚੇ ਚ ਜਿਹੜਾ ਵੀ ਆਵੇ ਨਾ ਉਹ ਕੁਝ ਸਿੱਖੇ ਜਾਵੇ ਭਾਵੇਂ ਹੁਣ ਆਪਾਂ ਇੱਥੇ ਪਿੰਡ ਆ ਇੱਥੇ ਲੈਕਚਰ ਦਿੱਤੇ ਜਾਣਗੇ ਅਸੀਂ ਪੰਜਾਬ ਯੂਨੀਵਰਸਿਟੀ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਦੇ ਸਾਇੰਸਦਾਨਾਂ ਨੂੰ ਇੱਥੇ ਇਨਵਾਈਟ ਕਰਾਂਗੇ ਕਿ ਰੋਜ਼ 1 ਘੰਟਾ ਇੱਥੇ ਲੈਕਚਰ ਹੋਊਗਾ ਕਿ ਜਿਹੜਾ ਵੀ ਇੱਥੇ ਸੰਘਰਸ਼ ਚ ਆਵੇ ਨਾ ਯਾਰ ਉਹ ਕੁਝ ਸਿੱਖੇ ਜਾਵੇ ਭਾਵੇਂ ਉਹ ਪਾਣੀ ਕਿੱਦਾਂ ਆਪਾਂ ਪ੍ਰੀਜ਼ਰਵ ਕਰਨਾ ਭਾਵੇਂ ਉਹ ਖੇਤੀਬਾੜੀ ਆਪਾਂ ਕਿੱਦਾਂ ਬੈਟਰ ਕਰਨੀ ਆ ਸੋ ਮੈਂ ਸਾਰਿਆਂ ਨੂੰ ਇਹੋ ਕਹਿਣਾ ਕਿ ਜਿਹੜੇ-ਜਿਹੜੇ ਮੋਰਚੇ ਚ ਆਰਗੇਨਾਈਜੇਸ਼ਨਾਂ ਵਾਂ ਬ ਹੁਣ ਮੇਰੇ ਕੋ ਬਹੁਤ ਆਵਦੇ ਵੇਖ ਰਿਹਾ ਕਿ ਲੋਕਾਂ ਦੀਆਂ ਲਾਈਨਾਂ ਵਾਂ ਕੰਬਲਾ ਵਾਲੀ ਜਾਂ ਰਜਾਈਆਂ ਵਾਲੀ ਜਾਂ ਕਿਸੇ ਛੋਟੀ ਮੋਟੀ ਚੀਜ਼ ਦੀ ਅਸੀਂ ਆਪਣੀ ਕੌਮ ਨੂੰ ਭਖਾਰੀ ਨਹੀਂ ਬਣਾਉਣਾ ਇੱਥੇ ਸੋ ਲਾਈਨਾਂ ਨਾਲ ਲਵਾਈਏ ਆਪਣੇਆਂ ਨੂੰ ਮੰਗਤੇ ਨਾ ਬਣਾਈਏ ਜਦੋਂ ਕਿਸੇ ਦੀ ਜ਼ਮੀਰ ਇੱਕ ਵਾਰੀ ਮਰ ਜਾਂਦੀ ਹੈ ਜਦੋਂ ਇੱਕ ਵਾਰੀ ਬੰਦਾ ਆਪਸ ਦਾ ਇਹ ਕਿੰਨੇ ਪੰਜਾਬੀ ਕਦੀ ਮੰਗਦਾ ਨਹੀਂ ਜਦੋਂ ਆਪਣਾ ਬੰਦਾ ਇੱਥੇ ਆ ਕੇ ਕੋਈ ਵੀ ਚੀਜ਼ ਮੰਗਦਾ ਉਦੋਂ ਹੀ ਆਪਣਾ ਬੰਦਾ ਸਮਝੋ ਉਹਦੀ ਜ਼ਮੀਰ ਡਾਊਨ ਹੋ ਜਾਂਦੀ ਹੈ ਉਹ ਫਿਰ ਅੱਗੇ ਵੀ ਮੰਗੂਗਾ ਸੋ ਹੱਥ ਜੋੜ ਕੇ ਬੇਨਤੀ ਹੈ ਵੱਡੀਆਂ ਸੰਸਥਾਵਾਂ ਨੂੰ ਕੀ ਆਪਣਿਆਂ ਨੂੰ ਇੱਥੇ ਮੰਗਤੇ ਨਾ ਬਣਾਓ ਜੇ ਤੁਹਾਨੂੰ ਪਤਾ ਕਿ ਕਿਸੇ ਨੂੰ ਕਿਹੜੀ ਚੀਜ਼ ਦੀ ਲੋੜ ਹੈ ਉੱਥੋਂ ਤੱਕ ਪਹੁੰਚਾਓ ਬਾਕੀ ਵੇਖੋ ਵੀਰੇ ਇੱਥੇ ਬਹੁਤ ਜ਼ਮੀਨ ਆ ਜਿੰਨੀ ਮਰਜ਼ੀ ਰੈਂਟ ਤੇ ਲੈ ਲਓ 60000 ਇੱਥੇ ਮਹੀਨੇ ਦਾ ਖਰਚਾ ਤੁਹਾਨੂੰ ਆਊਗਾ ਰੈਂਟ ਦੇ ਜ਼ਮੀਨ ਲਓ ਰੈਂਟ ਤੇ ਟਰਾਲੀਆਂ ਰਹਿਣ ਦੋ ਉੱਥੇ ਇੱਥੇ ਬਣਾਓ ਇੱਥੇ ਰਹਿਣ ਬਸੇਰੇ ਲੋਕਾਂ ਦੇ ਸਭ ਤੋਂ ਵੱਡੀ ਗੱਲ ਇਹ ਆ ਬਜ਼ੁਰਗਾਂ ਵਾਲੇ ਬੀਬੀਆਂ ਵਾਲੇ ਉੱਥੇ ਪੈਸਾ ਖਰਚ ਕਰੋ ਵੇਖੋ ਮੈਂ ਜੇ ਮੇਰੇ ਕੋ ਆ ਜਾ ਮੈਂ ਤੁਹਾਨੂੰ ਦੱਸ ਦੂੰਗਾ ਇੱਥੋਂ ਦਾ ਕਿਦਾਂ ਤੁਸੀਂ ਰੈਂਟ ਤੇ ਲੈ ਸਕਦੇ ਹੋ ਜਿੰਨੇ ਕੰਕਰੀਟ ਦੀ ਬਿਲਡਿੰਗ ਖੜੀ ਕਰਨੀ ਉਹ ਵੀ ਖੜ ਕੋਈ ਵੀ ਕੰਮ ਐਸਾ ਨਾ ਕਰੋ ਜਿਹੜਾ ਸਰਕਾਰ ਦੇ ਖਿਲਾਫ ਹੋਵੇ ਤੁਸੀਂ ਇਸ ਸਰਕਾਰ ਦੇ ਨਾਲ ਚੱਲ ਕੇ ਇੱਥੇ ਕੰਮ ਕਰ ਸਕਦੇ ਹੋ ਜਮੀਨ ਖਰੀਦ ਲਓ ਬਾਅਦ ਚੋ ਜਿਹੜਾ ਰਹਿਣ ਬਸੇਰਾ ਆਪਾਂ ਇੱਥੇ ਦੇ ਦਾਂਗੇ ਲੋਕਾਂ ਨੂੰ ਲੋਕ ਵੀ ਆਪਾਂ ਨੂੰ ਕੌਮ ਨੂੰ ਯਾਦ ਕਰਨਗੇ ਕਦੀ ਤੇ ਕਿਸਾਨ ਆਏ ਸੀ ਬਾਥਰੂਮ ਐਸੇ ਬਣਾ ਦਿਓ ਜਮੀਨ ਲੈ ਕੇ ਗਲਤ ਕੰਮ ਨਾ ਕਰੋ ਸਹੀ ਕੰਮ ਕਰੀਏ ਆਪਣੇ ਕੋ ਬਹੁਤ ਪੈਸਾ ਸੇਵਾ ਕਰੋ ਸੇਵਾ ਭਾਵਨਾ ਨਾ ਕਰੋ ਸਾਡਾ ਕੋਈ ਵੈਰ ਨਾ ਰੱਖੋ ਸਿੱਖ ਦਾ ਕਦੀ ਵੈਰ ਨਹੀਂ ਹੋ ਸਕਦਾ ਨਿਰਵੈਰ ਨਿਰਭਉ ਡਰੋ ਨਾ ਚੰਗਾ ਕੰਮ ਕਰੋ ਚੰਗੇ ਬੰਨੇ ਚੱਲੋ ਪਰ ਆਪਣੇ ਲੋਕਾਂ ਨੂੰ ਭਿਖਾਰੀ ਨਾ ਬਣਾਓ ਇਹ ਇਹ ਮੇਰੀ ਮੈਂ ਹੱਥ ਜੋੜ ਕੇ ਬੇਨਤੀ ਆ ਕਿ ਤੋਂ ਆਪਣੇ ਲੋਕਾਂ ਇਹ ਨਾ ਸਿੱਖੇ ਜਾਣ ਕਿ ਮੰਗਣਾ ਕਿਦਾਂ ਸੋ ਇਹ ਜਿਹੜੀ ਜਿਹੜੀ ਸੰਸਥਾ ਨੂੰ ਤੁਸੀਂ ਪੈਸੇ ਦਿੰਦੇ ਹੋ ਉਹਨਾਂ ਨੂੰ ਤੱਕ ਇਹ ਗੱਲ ਪਹੁੰਚਾਓ ਕਿ ਸਾਡੇ ਲੋਕਾਂ ਨੂੰ ਤੁਸੀਂ ਭਿਖਾਰੀ ਨਾ ਬਣਾਓ ਵੇਖੋ ਕਿਨੂੰ ਕਿਦੀ ਰੋੜਾ ਉਸ ਤੱਕ ਪਹੁੰਚਾਓ ਜੇ ਨਹੀਂ ਪਹੁੰਚਾ ਸਕਦੇ ਤੇ ਆਪਣੀ ਜਿਹੜੀ ਇਹ ਸੰਸਥਾਵਾਂ ਬੰਦ ਕਰ ਦਿਓ ਫਿਰ ਵੱਡੀ ਗੱਲ ਮੈਨੂੰ ਇਹ ਪੁੱਛੀ ਜਾਂਦੀ ਹੈ ਕਿ ਇੱਥੇ ਮੈਡੀਕਲ ਇਸ਼ੂ ਕਿਹੜੇ ਆ ਰੋਜ਼ ਕੋਈ ਨਾ ਕੋਈ ਰਿਪੋਰਟਰ ਆਉਂਦੇ ਆ ਪੁੱਛਦੇ ਆ ਅਸੀਂ ਕਹਿੰਨੇ ਇੱਕ ਕਮੀ ਆ ਪਾਣੀ ਦੀ ਪਾਣੀ ਸਾਫ਼ ਨਹੀਂ ਆ ਸਾਡੀ ਇੱਥੇ ਵਰਜੀਨੀਆ ਦੀ ਟੀਮ ਨੇ ਕੰਮ ਕਰ ਰਿਆ 20000 ਲੀਟਰ ਦੀ ਪਾਣੀ ਦੀ ਟੈਂਕੀ ਲਵਾਉਣ ਲੱਗੇ ਆ ਮੈਂ ਕੱਲ ਵੀ ਗੱਲ ਕੀਤੀ ਸੀ ਜਦੋਂ ਤੁਸੀਂ ਕਿਸੇ ਨੂੰ ਇੱਕ ਬੋਤਲ ਦੇ ਦਿੰਦੇ ਹੋ ਉਹ ਬੋਤਲ ਚੋਂ ਅੱਧਾ ਪਾਣੀ ਪੀ ਕੇ ਉੱਥੇ ਹੀ ਸੁੱਟ ਦਿੰਦਾ ਰਾਤ ਨੂੰ ਉਹਨੂੰ ਅੱਗ ਲਾਉਂਦਾ ਪੋਲੂਸ਼ਨ ਵੀ ਹੁੰਦਾ ਕੀ ਫਾਇਦਾ ਹੋਇਆ ਇਕੱਠੇ ਕੰਮ ਕਰੋ 20 20000 ਲੀਟਰ ਦੀ ਇੱਥੇ ਟੈਂਕੀਆਂ ਸਾਰੇ ਸ਼ੁਰੂ ਤੋਂ ਐਂਡ ਤੱਕ ਲਵਾਓ ਵੇਖੋ ਕਿੰਦਾ ਸੇਵਾ ਹੁੰਦੀ ਸੋ ਇਕੱਠੇ ਹੋ ਜਾਓ ਗੁਰਦੁਆਰੇ ਸਾਹਿਬ ਜਿਹੜੇ ਜਿੰਨੇ ਅਮਰੀਕਾ ਕੈਨੇਡਾ ਯੂਕੇ ਜਿਹੜੇ ਡੋਨੇਟ ਕਰਨਾ ਚਾਹੁੰਦੇ ਆ ਇਕੱਠੇ ਹੋ ਕੇ ਡੋਨੇਟ ਕਰੋ ਇਕੱਲੇ ਇਕੱਲੇ ਨਾ ਕਰੋ ਬੋਤਲਾਂ ਨਾ ਲਾ ਦੋ ਲੋਕਾਂ ਨੂੰ ਭਖਾਰੀ ਨਾ ਬਣਾਓ ਕੰਮ ਕਰੋ ਵਧੀਆ ਜਿਹੜਾ ਲੋਕ ਯਾਦ ਕਰਨ ਉਹ ਟੈਂਕੀ ਜਿਹੜੀ ਲੱਗੀ ਆ ਨਾ ਉਹ ਬਾਅਦ ਚੋਂ ਇੱਥੋਂ ਦੇ ਲੋਕ ਵੀ ਹਰਿਆਣੇ ਦੇ ਲੋਕ ਵੀ ਯੂਜ਼ ਕਰਨਗੇ ਆਪਣੇ ਵੀਰ ਆ ਆਪਣੇ ਘਰ ਖੋਲੇ ਉਹਨਾਂ ਲਈ ਸੋ ਪਾਣੀ ਦੀ ਜਿਹੜੀ ਸਮੱਸਿਆ ਵੱਡੀ ਆ ਨਹਾਉਣ ਧੋਣ ਲਈ ਉਹਨਾਂ ਲਈ ਬਾਥਰੂਮ ਬਣਨੇ ਚਾਹੀਦੇ ਆ ਆ ਸਾਫ ਦੁੱਧ ਦੇ ਤੇ ਹਰਿਆਣੇ ਵਾਲੇ ਬਹੁਤ ਦੇ ਰਹੇ ਆ ਬੜੇ ਚੰਗਾ ਕੰਮ ਕਰ ਰਹੇ ਆ ਬਾਕੀ ਕੰਬੜੀ ਤੇ ਬੜੇ ਯਾਰ ਜਗੀਆਂ ਬੜੀਆਂ ਵਾ ਲੋਕਾਂ ਨੇ ਜਦੋਂ ਪਿੰਡ ਤੋਂ ਤੁਰਦੇ ਨੇ ਗ੍ਰਾਹੀ ਹੁੰਦੀ ਆ 40 4000 30 3000 ਦੀ ਗ੍ਰਾਹੀ ਹੁੰਦੀ ਆ ਉਹ ਤੋਂ ਬਾਅਦ ਤੁਰਦੇ ਆ ਸਾਰੇ ਜਣੇ ਆਪਣਾ ਸਮਾਨ ਲੈ ਕੇ ਆਉਂਦੇ ਆ ਤੁਸੀਂ ਸੋਚੋ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਗਏ ਜੋ ਕਿਹੜੀ ਚੀਜ਼ ਦੀ ਘਾਟ ਹੋ ਸਕਦੀ ਆ ਪਾਣੀ ਦੀ ਘਾਟ ਆ ਐਦਾ ਐਦਾ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਘਾਟ ਆ ਵਾ ਪੂਰੀ ਹੋਣਗੀਆਂ ਬਾਕੀ ਮੈਂ ਗੱਲ ਵੀ ਕਰਾਉਂਗਾ ਇੱਥੇ ਜਿਹੜੇ ਸਾਡੇ ਸਾਥੀ ਨੇ ਉਹਨਾਂ ਦੀ ਤੁਹਾਡੇ ਤੱਕ ਗੱਲਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰ ਉਹ ਵੀ ਆਪਣੇ ਵਿਊਜ਼ ਦੇਣਗੇ ਬਾਕੀ ਗੱਲ ਉਹ ਹੀ ਮੈਂ ਫਿਰ ਲਿਵਿੰਗ ਸਪੇਸ ਦੀ ਉਹ ਬਹੁਤ ਜ਼ ਬਾਕੀ ਮੈਨੂੰ ਜਿਹੜਾ ਕੁਐਸਚਨ ਆਉਂਦਾ ਵਾ ਕਿ ਇਹ ਲੈ ਕਿੱਦਾਂ ਸਕਦੇ ਜੋ ਮੈਂ ਇਹੋ ਗੱਲ ਕਰਦਾ ਕਿ ਤੁਸੀਂ ਜੇ ਤੁਹਾਨੂੰ ਨਹੀਂ ਲੱਭਦੀ ਜਗਾ ਤੁਸੀਂ ਸਾਡੇ ਕੋ ਆਓ ਅਸੀਂ ਇੱਥੇ ਤਹਿਸੀਲਦਾਰ ਨਾਲ ਜਿਹੜਾ ਇੱਥੇ ਜਿਹੜੀ ਇਥੋਂ ਦੀ ਕਮੇਟੀਆਂ ਵਾਂ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸਾਂਗੇ ਕਿ ਇੱਥੇ ਰੈਂਟ ਆ ਕਿਹੜੀ ਜਗਾ ਇੱਥੇ ਖਾਲੀ ਆ ਉਹ ਤੁਸੀਂ ਲਓ ਉੱਥੇ ਆਗੇ ਤੁਸੀਂ ਆਪਣਾ ਪਿੰਡ ਬਸਾ ਸਕਦੇ ਸਾਡਾ ਪਿੰਡ ਧਨਕਰਤਾਰ ਸਾਡੇ ਪਹਿਲੇ ਸਰਪੰਚ ਸਾਬ ਤੁਹਾਡੇ ਕੋਲ ਬੈਠੇ ਨਾ ਸਵੇਰੇ ਆਏ ਆ ਅਸੀਂ ਇਹਨਾਂ ਨੂੰ ਸਰਪੰਚ ਦਾ ਕਿਤਾਬ ਦੇ ਦਿੱਤਾ ਕਿਉਂਕਿ ਉਹ ਆnde ਮੈਂ ਨਹੀਂ ਜਾਣਾ ਜੋ ਤੱਕ ਇਹ ਕੰਮ ਖਤਮ ਨਾ ਹੋਇਆ ਸੋ ਮੈਂ ਸਰਕਾਰ ਨੂੰ ਅੱਗੇ ਇਹੋ ਹੀ ਗੱਲ ਕਹੂੰਗਾ ਕਿ ਇਹ ਲੋਕ ਜਿਹੜੇ ਨਾ ਪੱਕੇ ਆ ਗਏ ਆ ਇਹ ਹੁਣ ਨਾ ਇਹ ਫਾਰਮ ਯੂਨੀਅਨਾਂ ਦੀ ਗੱਲ ਰਹਿ ਗਈ ਹੈ ਇਹ ਲੋਕ ਦਾ ਲਹਿਰ ਬਣ ਗਈ ਆ ਇਹ ਕੋਈ ਝੰਡਿਆ ਦੀ ਗੱਲ ਨਹੀਂ ਰਹਿ ਗਈ ਹੁਣ ਇਹ ਲੋਕ ਰਹਿ ਲਹਿ ਰਿਹਾ ਇਹ ਜੋ ਮੰਗਾ ਇਹਨਾਂ ਨੇ ਰੱਖਤੀਆਂ ਇਹ ਮੰਗਾ ਤੋਂ ਬਗੈਰ ਇਹਨਾਂ ਨੇ ਵਾਪਸ ਨਹੀਂ ਜਾਣਾ ਭਾਵੇਂ ਫਾਰਮ ਯੂਨੀਅਨ ਵਾਲੇ ਵੀ ਮੰਨ ਜਾਣ ਪਰ ਇਹ ਲੋਕਾਂ ਨੇ ਨਹੀਂ ਮੰਨਣਾ ਮੈਂ ਸਰਕਾਰ ਨੂੰ ਇਹੋ ਹੀ ਬੇਨਤੀ ਕਰੂੰਗਾ ਅਸੀਂ ਸੇਵਾ ਕਰਨਾ ਆਏ ਆ ਅਸੀਂ ਆਪਣੇ ਲੋਕਾਂ ਨੂੰ ਬਚਾਉਣ ਆਏ ਆ ਕੋਈ ਕਿਸੇ ਦਾ ਪੁੱਤ ਸ਼ਹੀਦ ਹੋਇਆ ਕਿਸੇ ਦਾ ਪਿਓ ਸ਼ਹੀਦ ਹੋਇਆ ਇਸ ਦੇਸ਼ ਲਈ ਕਿਸੇ ਦਾ ਪੁੱਤ ਅਜੇ ਵੀ ਜੰਗ ਲੜਨਦਿਆ ਉਹਨਾਂ ਨੂੰ ਆਪਾਂ ਇਦਾਂ ਸੜਕਾਂ ਤੇ ਮਰਦੇ ਨਹੀਂ ਵੇਖ ਸਕਦੇ ਤੇ ਇਹ 100% ਹੈ ਕਿ ਇਹ ਲੋਕ ਸੈਟਲ ਹੋਣ ਆ ਗਏ ਆ ਇਹਨਾਂ ਨੇ ਇੱਥੋਂ ਨਹੀਂ ਹੱਲਣਾ ਤੁਸੀਂ ਮੇਰੀ ਗੱਲ ਨੋਟ ਕਰ ਲਓ ਮੈਂ ਇੱਥੇ ਰੋਜ਼ ਇੱਕ ਦਿਨ ਦੇ ਅਸੀਂ ਸਾਡੀ ਟੀਮ 5000 ਦੇ ਕਲੋਜ਼ ਪੇਸ਼ੈਂਟ ਵੇਖਦੇ ਆ ਕੋਈ ਡਿਪਰੈਸ਼ਨ ਦਾ ਸ਼ਿਕਾਰ ਆ ਕੋਈ ਕਿਸੇ ਦਾ ਸਾਰਿਆਂ ਦਾ ਇਹੋ ਹੀ ਚੈਣਾ ਆ ਅੱਜ ਸਵੇਰੇ ਮੇਰੇ ਹੱਥਾਂ 'ਚ ਮੌਤ ਹੋਈ ਆ ਉਹਦੇ ਪਰਿਵਾਰ ਦਾ ਵੀ ਇਹੋ ਹੀ ਕਹਿਣਾ ਉਹਨਾਂ ਨੇ ਵੀ ਹਜੇ ਤੱਕ ਨਹੀਂ ਹੱਲਣਾ ਇਥੋਂ ਇਹ ਆ ਇਹਨਾਂ ਦੇ ਜਜ਼ਬੇ ਬਾਕੀ ਚਲੋ ਆਪਣੀ ਗੱਲਬਾਤ ਜਾਰੀ ਰੱਖਾਂਗੇ ਲੈ ਲਈਏ ਛੋਟੀ ਜਿਹੀ ਬ੍ਰੇਕ ਵੈਲਕਮ ਬੈਕ ਗੱਲਬਾਤ ਆਪਣੀ ਕਾਫੀ ਸੋਹਣੇ ਤੱਕ ਮੈਂ ਤੁਹਾਨੂੰ ਟਰਾਈ ਕਰ ਰਹੇ ਹਾਂ ਵਿਜ਼ੂਅਲ ਵਿਜ਼ੂਅਲਸ ਦਵਾ ਇਥੇ ਕੀ ਹੋ ਰਿਹਾ ਅ ਅਸੀਂ ਕਲੀਨਿੰਗ ਡਰਾਈਵ ਦੀ ਗੱਲ ਕੀਤੀ ਸੀ ਹਨਾ ਕਵਰ ਗਰੇਵਾਲ ਉਹਨਾਂ ਨੇ ਹਰਸ਼ ਚੀਮਾ ਭਾਈ ਜਵੰਡਾ ਭਾਈ ਹੁਣੀ ਸਾਰੇ ਆਏ ਗੁਲਜ਼ਾਰੀ ਹਣੀ ਵੀਰ ਉੱਥੇ ਕਰੰਦੇ ਆ ਸਾਰੇ ਕਿਤੇ ਸਾਫ ਸਫਾਈ ਤੁਸੀਂ ਵੇਖੋਗੇ ਕਾਫੀ ਹੱਦ ਤੱਕ ਆਪਾਂ ਅੱਗੇ ਲੈ ਕੇ ਗਏ ਆ ਉਹ ਚੀਜ਼ ਨੂੰ ਇਦਾਂ ਹੀ ਆਪਾਂ ਵੇਖੀਏ ਕਿਦਾਂ ਆਪਾਂ ਆਪਣੇ ਜਿਹੜੇ ਧਰਤੀ ਆ ਹਿੰਦੁਸਤਾਨ ਦੇ ਨੂੰ ਬੈਟਰ ਬਣਾ ਸਕਦੇ ਆ ਮੈਂ ਇੱਕ ਗੱਲ ਅਪੀਲ ਕਰਦਾ ਜਿਹੜੇ ਲੋਕ ਇੱਥੇ ਆ ਕਿ ਪਲਾਸਟਿਕ ਨਾ ਸਾੜਨ ਕਿਉਂਕਿ ਕਾਫੀ ਬੋਤਲਾਂ ਕਰਕੇ ਉਹਨਾਂ ਨੂੰ ਰਾਤ ਨੂੰ ਸਾੜਿਆ ਜਾਂਦਾ ਕਿਉਂਕਿ ਸ਼ਾਇਦ ਟੀਮ ਨਹੀਂ ਆ ਰਹੀ ਸਫਾਈ ਕਰਨ ਨੂੰ ਸਾਈਡਸ ਤੋਂ ਉੱਥੇ ਸਾੜਿਆ ਜਾ ਰਿਹਾ ਉਹ ਚੀਜ਼ ਤੋਂ ਅਵੋਇਡ ਕਰਨ ਘਰੇਚ ਕਰਨ ਆ ਬਾਕੀ ਇੱਕ ਜਿਹੜੀ ਵੱਡੀ ਚੀਜ਼ ਜਿਹੜੀ ਮੈਂ ਇੱਥੇ ਰਹਿ ਕੇ ਵੇਖੀ ਆ ਉਹ ਆ ਲੋਕੀ ਪਕੌੜੇ ਖਾ ਖਾ ਕੇ ਲੋਕ ਬਹੁਤ ਬਿਮਾਰ ਹੋ ਰਹੇ ਆ ਜਾਂ ਗਲਤ ਚੀਜ਼ਾਂ ਖਾ ਕੇ ਲੋਕ ਬਹੁਤ ਬਿਮਾਰ ਹੋ ਰਹੇ ਆ ਸਾਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਇਹਨਾਂ ਦੀ ਲਾਈਨ ਨਹੀਂ ਟੁੱਟਦੀ ਕਿ ਮੈਨੂੰ ਇਹਨੋਂ ਦੇ ਦਿਓ ਜਾਂ ਪੀਪੀਆਈ ਦੇ ਦਿਓ ਜਾਂ ਐਂਟੀ ਹਿਸਟਾਮਿਨ ਦੇ ਦਿਓ ਮੈਂ ਜਿੰਨੇ ਵੀ ਵੀਰ ਇੱਥੇ ਰੋਟੀ ਜਾਂ ਖਾਣ ਪੀਣ ਦਾ ਸਮਾਨ ਵਰਤੋਂਦੇ ਆ ਜਾਂ ਕਿਤੇ ਵੀ ਦੁਨੀਆ 'ਚ ਵਰਤੋਂਦੇ ਆ ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹਿਣਾ ਚਾਹੁੰਗਾ ਕਿ ਗੁਰੂ ਸਾਹਿਬ ਨੇ ਜਦੋਂ ਲੰਗਰ ਦੀ ਗੱਲ ਕੀਤੀ ਸੀ ਤੁਸੀਂ ਥੋੜਾ ਸੋਚੋ ਕਿ ਉਹ ਲੰਗਰ ਕਿਹੜੀ ਚੀਜ਼ ਦਾ ਹੋਣਾ ਚਾਹੀਦਾ ਉਹ ਕਿਤਾਬਾਂ ਦਾ ਤੇ ਹੋ ਸਕਦਾ ਪਰ ਜਲੇਬੀਆਂ ਪਕੌੜਿਆਂ ਦਾ ਨਹੀਂ ਹੋ ਸਕਦਾ ਜਿਹੜੀ ਚੀਜ਼ ਤੁਹਾਨੂੰ ਬਿਮਾਰ ਕਰਦੀ ਆ ਉਹ ਚੀਜ਼ ਨੂੰ ਤੁਸੀਂ ਲੰਗਰ ਕਿੱਦਾਂ ਕਹਿ ਸਕਦੇ ਜੋ ਸੋ ਆਪਾਂ ਨੂੰ ਲੰਗ ਆਪਾਂ ਨੂੰ ਇਹ ਚੀਜ਼ ਬਾਰੇ ਬਹੁਤ ਧਿਆਨ ਦੇਣਾ ਚਾਹੀਦਾ ਸਵੇਰੇ ਵੇਖੋ ਦਲੀਆ ਵਰਤਾਓ ਸ਼ਾਮ ਨੂੰ ਦਾਲ ਰੋਟੀ ਹੋਵੇ ਦੁਪਹਿਰੇ ਦਾਲ ਫੁਲਕਾ ਹੋਵੇ ਕੋਈ ਸਬਜ਼ੀ ਹੋਵੇ ਪਰ ਐਵੇਂ ਪਕੌੜੇ ਜਲੇਬੀਆਂ ਉਹਨਾਂ ਵਾਲ ਕਰਕੇ ਆਪਾਂ ਆਪਣੇ ਲੋਕਾਂ ਨੂੰ ਬਿਮਾਰ ਨਾ ਕਰੀਏ ਕਿਉਂਕਿ ਇੱਥੇ ਲੋਕ ਇਹ ਥੋੜੀ ਇਹ ਹੋ ਸਕਦਾ ਸਾਲ 2 ਸਾਲ ਚੱਲੇ ਜਲੇਬੀਆਂ ਖਾ ਖਾ ਕੇ ਆਪਾਂ ਕਿੰਨੇ ਨੂੰ ਡਾਇਬੀਟਿਸ ਕਰ ਸਕਦੇ ਆ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਜਿੰਨੇ ਵੀ ਲੋਕ ਜਿਹੜੇ ਖਾਣ ਪੀਣ ਦਾ ਕੰਮ ਕਰ ਰਹੇ ਆ ਇਹਨਾਂ ਧਰਨੀਆਂ ਵਿੱਚ ਕਿ ਉਹ ਕੀ ਚੀਜ਼ਾਂ ਤੁਸੀਂ ਸਰਵ ਕਰ ਰਹੇ ਹੋ ਬਹੁਤ ਧਿਆਨ ਰੱਖੋ ਚੀਜ਼ ਦਾ ਬਾਕੀ ਸਾਨੂੰ ਬਹੁਤ ਲੋੜ ਹੈ ਵਾਲੰਟੀਅਰਸ ਦੀ ਕਿਉਂਕਿ ਅਸੀਂ ਕੰਮ ਕੁਝ ਜਾਦੇ ਵੱਡੇ ਆਪਣੇ ਸਿਰ ਲੈ ਲਏ ਆ ਉਹਦੇ ਲਈ ਸਾਨੂੰ ਡਾਕਟਰਸ ਦੀ ਲੋੜ ਆ ਨਰਸਿਸ ਦੀ ਲੋੜ ਆ ਫਾਰਮਸੀਸ ਦੀ ਲੋੜ ਆ ਬਾਕੀ ਜਿਹੜਾ ਰਹਿਣ ਬਸੇਰੇ ਦਾ ਕੰਮ ਆ ਉੱਥੇ ਸਾਨੂੰ ਉਦਾਂ ਹੀ ਵੌਲੰਟੀਅਰ ਦੀ ਲੋੜ ਆ ਜਿਹੜਾ ਉੱਥੇ ਸਫਾਈ ਦੀ ਦੇਖਰੇਖ ਦੀ ਅ بڑے ਕੰਮ ਪੈਣੇ ਆ ਉਹਦੇ ਵਿੱਚ ਸਾਨੂੰ ਬਾਕੀ ਬ੍ਰੇਨ ਪਾਵਰ ਦੀ ਲੋੜ ਆ ਕਿ ਕਿੱਦਾਂ ਆਪਾਂ ਲੋਕਾਂ ਦੀ ਸੇਵਾ ਕਰ ਸਕਦੇ ਆ ਕਿੱਦਾਂ ਉਹਨਾਂ ਦੀ ਜ਼ਿੰਦਗੀ ਆਪਾਂ ਸੋਹਣੀ ਬਣਾ ਸਕਦੇ ਆ ਸੋ ਜੇ ਤੁਸੀਂ ਭਾਵੇਂ ਦੂਜੇ ਦੇਸ਼ਾਂ 'ਚ ਬੈਠੇ ਜੋ ਤੁਹਾਡਾ ਕੋਈ ਆਈਡੀਆਜ਼ ਆ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਜਾਂ ਸਾਡੀ ਵੈੱਬਸਾਈਟ ਤੇ ਜਾ ਕੇ ਉੱਥੇ ਆਪਣਾ ਕਮੈਂਟ ਛੱਡ ਸਕਦੇ ਜੋ ਆ ਬਾਕੀ ਮੈਂ ਮੈਂ ਸਮਝ ਸਕਦਾ ਆ ਰਹੀਦੀ ਆਪਣੀ ਮਜਬੂਰੀ ਹੋ ਸਕਦੀ ਜਿਹੜਾ ਇੱਥੇ ਨਹੀਂ ਆ ਸਕਦਾ ਪਰ ਜਿੱਦਾਂ ਵੀ ਜਿੱਦਾਂ ਤੁਸੀਂ ਆਪਣਾ ਇਸ ਇਹ ਸੰਘਰਸ਼ ਦਾ ਹਿੱਸਾ ਬਣਦੀ ਕੋਸ਼ਿਸ਼ ਕਰੋ ਕਿਸਾਨ ਵੀਰਾਂ ਜਿਹੜੇ ਆਪਣੀ ਆਪਣੀ ਧਰਤੀ ਆ ਉਹਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰੋ ਤੇ ਸਭ ਤੋਂ ਵੱਡੀ ਇਹ ਗੱਲ ਹੈ ਇਹਨਾਂ ਦੇ ਦਰਦ ਦੂਰ ਕਰਨ ਦੀ ਕੋਸ਼ਿਸ਼ ਕਰੋ ਆ ਬਾਕੀ ਅਗੇਨ ਮੈਂ ਉਹ ਗੱਲ ਕਹਿੰਦਾ ਆਪਾਂ ਵੱਡੇ ਭਰਾ ਆ ਹਰਿਆਣਾ ਛੋਟਾ ਵੀਰ ਆ ਜਿਹੜੇ ਵੀ ਕੋਈ ਲੋਕ ਜੇ ਤੁਹਾਡੇ ਕੋਲ 4 ਪੈਸੇ ਜ਼ਿਆਦੇ ਆ ਭਾਵੇਂ ਤੁਸੀਂ ਅਮਰੀਕਾ ਕੈਨੇਡਾ ਕਿਤੇ ਬੈਠੇ ਜੋ ਕਲੀਨਿੰਗ ਲਈ ਲੋਕਾਂ ਨੂੰ ਹਾਇਰ ਕਰੋ ਵੱਡੇ ਵੱਡੇ ਟਰੱਕ ਲਾ ਦਿਓ ਜੋ ਮਰਜੀ ਲਾ ਦਿਓ ਇੱਥੇ ਸਾਫ਼ ਸਵਾਈ ਕਰਾਓ ਉਹਨਾਂ ਬਿਮਾਰੀਆਂ ਵੀ ਫੈਲਦੀਆਂ ਉਹਦਾਂ ਆਪਣਾ ਮਾੜਾ ਅਸਰ ਵੀ ਜਾਂਦਾ ਜਦੋਂ ਆਪਾਂ ਇੱਥੋਂ ਧਰਨਿਆਂ ਤੋਂ ਉੱਠ ਵੀ ਗਏ ਉਦੋਂ ਵੀ ਇੱਥੇ ਆਪਾਂ ਇੱਕ ਵਾਰੀ ਸਫਾਈ ਕਰਾ ਕੇ ਜਾਣੀ ਆ ਵੱਡੇ ਟੈਂਕਰ ਲਵਾਓ ਪਾਣੀਆਂ ਦੇ ਦੁੱਧ ਦੀ ਸੇਵਾ ਇਹੋ ਜਿਹੀ ਚੀਜ਼ਾਂ ਵੱਲ ਧਿਆਨ ਦਿਓ ਤੇ ਧਿਆਨ ਦਿਓ ਆਪਾਂ ਗਰੁੱਪ ਬਣ ਕੇ ਇਕੱਲੇ ਇਕੱਲੇ ਸੇਵਾ ਨਾ ਕਰੋ ਉਹਦੀ ਵੇਸਟੇਜ ਹੋ ਸਕਦੀ ਆ ਤੇ ਜਿੰਨਾਂ ਲੋਕਾਂ ਨੂੰ ਤੁਸੀਂ ਪੈਸੇ ਦਿੰਦੇ ਹੋ ਜਾਂ ਸਮਾਨ ਦੇ ਰਹੇ ਹੋ ਉਹਨਾਂ ਨੂੰ ਇਹ ਵੀ ਪੁੱਛੋਗੇ ਇਹ ਸਮਾਨ ਕਿਦਾਂ ਲੱਗ ਰਿਹਾ ਕਿਉਂਕਿ ਮੈਂ ਅੱਗੇ ਗੱਲ ਕੀਤੀ ਸੀ ਆਪਾਂ ਆਪਣੇ ਲੋਕਾਂ ਨੂੰ ਭਖਾਰੀ ਨਹੀਂ ਬਣਾਉਣਾ ਕਿਸੇ ਨੂੰ ਮੰਗਣ ਨਾਲ ਲਾਓ ਇਹ ਰਵੇ ਲਾਈਨਾਂ 'ਚ ਲੋਕੀ ਮੰਗਣ ਕਿਉਂਕਿ ਜਦੋਂ ਵੀ ਬੰਦਾ ਮੰਗਦਾ ਵਾ ਉਹ ਕਿਤੇ ਨਾ ਕਿਤੇ ਉਹਦਾ ਜਮੀਰ ਮਰਦਾ ਆਪਾਂ ਇਹ ਮੋਰਚਿਆਂ 'ਚੋਂ ਇਹਨਾਂ ਜੋ ਆਪਣੇ ਲੋਕਾਂ ਨੂੰ ਉੱਪਰ ਵੇਖਣਾ ਚਾਹੁੰਦੇ ਆ ਥੱਲੇ ਨਹੀਂ ਬਾਕੀ ਜਿੰਨੇ ਵੀ ਪੰਜਾਬ ਯੂਨੀਵਰਸਿਟੀ ਜਾਂ ਵੱਡੇ ਇੱਥੇ ਪੰਜਾਬ 'ਚ ਹਰਿਆਣੇ 'ਚ ਪੜੇ ਲਿਖੇ ਲੋਕ ਹੋਣ ਅਸੀਂ ਉਹਨਾਂ ਨੂੰ ਇਨਵਾਈਟ ਕਰਦੇ ਆਂ ਸਾਡੇ ਰਹਿਣ ਬਸੇਰੇ ਵਿੱਚ ਇੱਕ ਜਾਂ ਦੋ ਜਾਂ ਤਿੰਨ ਘੰਟੇ ਦੇ ਰੋਜ਼ ਲੈਕਚਰ ਹੋਣਗੇ ਪੜ੍ਹਾਈ ਲਿਖਾਈ ਦੇ ਉੱਤੇ ਅ ਐਨਵਾਇਰਨਮੈਂਟ ਦੇ ਉੱਤੇ ਜੇ ਤੁਸੀਂ ਇੱਥੇ ਬੋਲਣਾ ਚਾਹੋ ਸਾਨੂੰ ਤੁਸੀਂ ਸੰਪਰਕ ਕਰੋ ਅਸੀਂ ਤੁਹਾਨੂੰ ਇਨਵਾਈਟ ਕਰਾਂਗੇ ਤੁਸੀਂ ਰੋਜ਼ ਇੱਥੇ ਆ ਕੇ ਜਾਂ ਇੱਕ ਦਿਨ ਆ ਕੇ ਆਪਣਾ ਇੱਥੇ ਆ ਕੇ ਲੈਕਚਰ ਦੇ ਸਕਦੇ ਹੋ ਕਿਉਂਕਿ ਅਗੈਨ ਜੇ ਕੋਈ ਇੱਥੇ ਮੋਰਚੇ ਚ ਆਉਂਦਾ ਸੀ ਚਾਹੁੰਦੇ ਉਹ ਸਹੀ ਰਾਹ ਤੇ ਚੱਲੇ ਕੋਈ ਚੀਜ਼ ਤੋਂ ਲੈ ਕੇ ਜਾਵੇ ਤੇ ਐਜੂਕੇਸ਼ਨ ਤੋਂ ਵੱਧ ਕੋਈ ਚੀਜ਼ ਨਹੀਂ ਭਾਵੇਂ ਉਹ ਦੇਸ਼ ਭਗਤੀ ਦੀ ਗੱਲ ਹੋਵੇ ਭਾਵੇਂ ਉਹ ਸਾਫ ਸਫਾਈ ਦੀ ਗੱਲ ਹੋਵੇ ਭਾਵੇਂ ਹੁਣ ਬੈਟਰ ਫਾਰਮਿੰਗ ਦੀ ਗੱਲ ਹੋਵੇ ਉਹ ਸਾਰੀਆਂ ਗੱਲਾਂ ਕਰਾਂਗੇ ਬਾਕੀ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਮਲਾਉਣਾ ਵਾ ਇਥੋਂ ਦੇ ਲੋਕਾਂ ਨਾਲ ਭਾਵੇਂ ਸਾਡੇ ਇੱਥੇ ਡਾਕਟਰਸ ਆ ਵੌਲੰਟੀਅਰਸ ਆ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਦੇ ਥੀਵਿਊਜ਼ ਲੈਣ ਦੀ ਕੋਸ਼ਿਸ਼ ਕਰਦੇ ਆ ਬਾਕੀ ਡਾਕਟਰ ਸਾਹਿਬ ਤੁਸੀਂ ਕੋਈ ਗੱਲਬਾਤ ਸਾਡੇ ਨਾਲ ਕਰਨੀ ਚਾਹੋਗੇ ਆਪਣੇ ਆਡੀਅנס ਅਮਰੀਕਾ ਕੈਨੇਡਾ ਜਾਂ YouTube ਤੇ ਦੁਨੀਆ ਤੇ ਦੇਖਦੇ ਉਹਨਾਂ ਦੀ ਕੋਈ ਮੈਸੇਜ ਇਥੋਂ ਸਰ ਮਾਈਸੈਲਫ ਡਾਕਟਰ ਪ੍ਰਸ਼ੰਤ ਰਾਵਟ ਆਮ ਵਰਕਿੰਗ ਇਨ ਦਿੱਲੀ ਹਿੰਦੁਰਾਓ ਹਸਪੀਟਲ सो so बेसिकली कुछ नहीं सर मेरे फादर फार्मर मैं मेरे ग्रांड फादर फार्मर मैं फार्म मतलब ऐसे विलेज कम्युनिटी से बिलोंग करता हूँ डॉक्टर तो बाद में ही बने हैं तो वही है उन सब की सेवा करने के लिए मैं फरीदबाद से यहाँ पे आता हूँ बदलूगढ़ तो बाकी तो कुछ नहीं ठीक है इनको ये जो भी गवर्नमेंट ने किया है गलत किया है सबसे डिस्कस करके पूछ के करना चाहिए था हरियाणा पंजाब यही मेजॉरिटी यही है यहीं पे फार्मर्स ज़्यादा रहते हैं तो इन सब से डिस्कस करना था इन्होंने बिल लाने से पहले ये सब किया ही नहीं इन्होंने और सीधा बिल ले के आ गए तो बस ये है इनको वापस लेने चाहिए ये यहाँ पे इतना विंटर है खाने और लोग यहाँ पे रोड पे और वैसे रह रहे हैं इनको सोचना चाहिए लाखों लोग रास्तों पे पड़े हैं तो और बाकी फसल का भी है कि अभी फसल भी है तो उनकी फसलों को कौन देखेगा वहाँ पे ये सब लोग यहाँ पे आ गए हैं गाँव से सो so, यार कोई भी जथेबंदी या कोई भी तुम काम का जानते जो ना ਤਾਨੂੰ ਭਰਾਵਾਂ ਦੀ ਲੋੜ ਪੈਂਦੀ ਆ ਤੁਹਾਨੂੰ ਆਪਣੇ ਪਰਿਵਾਰ ਦੀ ਲੋੜ ਪੈਂਦੀ ਆ ਤੁਹਾਨੂੰ ਆਪਣੇ ਆਲੇ ਦੁਆਲੇ ਕਿਉਂਕਿ ਇੱਕ ਬੰਦਾ ਕੀ ਕਰ ਸਕਦਾ ਮੇਰੇ ਪਿੱਛੇ ਵੇਖੋ ਆ ਸਾਰੇ ਭਰਾ ਜੇ ਨਾਲ ਮੇਰੇ ਨਾਲ ਰਲੇ ਹੋਣ ਤੇ ਆਪਾਂ ਇਹ ਕੰਮ ਨਹੀਂ ਕਰਦੇ ਜੋ ਆਪਾਂ ਟੀਚਾ ਲੈ ਲਿਆ ਬਾਕੀ ਮੇਰਾ ਵੀਰ ਮੇਰੇ ਨਾਲ ਆ ਇਹ ਸਾਡੇ ਜਿੰਨਾ ਵੀ ਇੰਡੀਆ ਦਾ ਆਪਰੇਸ਼ਨ ਆ ਉਹ ਹੈਂਡਲ ਕਰਦੇ ਆ ਪਹਿਲੇ ਦਿਨ ਤੋਂ ਜਿਹੜੀ ਚੀਜ਼ ਦੀ ਸਾਨੂੰ ਲੋੜ ਪਈ ਉਹਨਾਂ ਨੇ ਸਾਡੇ ਤੱਕ ਲੈ ਕੇ ਆਂਦੀ ਆ ਅੱਜ ਨਹੀਂ ਜਦੋਂ ਸਾਡੇ ਮੈਡੀਕਲ ਕੈਂਪ ਵੀ ਚੱਲਦੇ ਸੀ ਸੋ ਮੈਂ ਉਹਨਾਂ ਨਾਲ ਥੋੜਾ ਇੰਟਰੈਕਸ਼ਨ ਕਰ ਵੀਰ ਸਰਾਏ ਭਾਈ ਜੀ ਤੁਸੀਂ ਕੋਈ ਗੱਲਬਾਤ ਕਰ ਦਿਓ ਬਸ ਜੀ ਤੁਹਾਡੇ ਨਾਲ ਆ ਤੇ ਤੁਹਾਡੀ ਸਾਰੇ ਸਾਰਿਆਂ ਦੀ ਮਦਦ ਨਾਲ ਅਸੀਂ ਪਹਿਲਾਂ ਵੀ ਕਰਦੇ ਆਏ ਆ ਜੋ ਮਤ ਜੋ ਗਾਂ ਵੀ ਬਣਦੀ ਹੋਊਗੀ ਸਾਡੇ ਕਿਸਾਨ ਵੀਰ ਵਿਚਾਰੇ ਇੱਥੇ ਮਰ ਰਹੇ ਆ ਤਾਂ ਸਾਡਾ ਤਾਂ ਫਰਜ਼ ਬਣਦਾ ਹੀ ਆ ਵੀ ਅਸੀਂ ਜੋ ਜੋ ਵੱਤ ਵਾਤ ਹੁੰਦਾ ਅਸੀਂ ਕਰੀਏ ਬਾਕੀ ਮੈਂ ਬਾਈ ਜੀ ਨੂੰ ਅਗੇਨ ਥੈਂਕ ਯੂ ਕਰਦਾ ਕਿਉਂਕਿ ਯਾਰ ਜਦੋਂ ਸਾਨੂੰ ਲੋੜ ਪਈ ਇੱਥੇ ਗਰਾਊਂਡ ਤੇ ਅਸੀਂ ਇਹਨਾਂ ਨੂੰ ਕਾਲ ਕੀਤੀ ਆ ਜਿਹੜੀ ਚੀਜ਼ ਦੀ ਸਾਨੂੰ ਲੋੜ ਪਈ ਨਾਲੇ ਪ੍ਰੋਵਾਈਡ ਕੀਤੀ ਆ ਅੱਜ ਵੀ ਇਹ ਟਰੱਕ ਪਰ ਟਰੱਕ ਭਰ ਕੇ ਸਾਡੇ ਕੋਲ ਕਿਤਾਬਾਂ ਦਾ ਸਾਡੇ ਸਾਫ ਸਫਾਈ ਦਾ ਜਿਹੜੀ ਚੀਜ਼ ਦੀ ਸਾਨੂੰ ਲੋੜ ਸੀ ਸਾਡੇ ਤੱਕ ਪਹੁੰਚਾਇਆ ਤੇ ਇਦਾਂ ਹੀ ਅੱਗੇ ਚੱਲਦਾ ਰਹੂਗਾ ਜਿੱਦਿ ਜਿਹੜੀ ਸਾਡੀ ਅਮਰੀਕਾ ਦੀ ਟੀਮ ਆ ਉੱਥੇ ਬੈਠੀ ਕੰਮ ਕਰ ਰਹੀ ਆ ਮੈਂ ਉਹਨਾਂ ਨੂੰ ਵੀ ਥੈਂਕ ਯੂ ਆ ਜਿਨੇ ਮੇਰੇ ਵੀਰ ਮੇਰੇ ਭਰਾ ਪਰਿਵਾਰ ਜਿਹੜਾ ਸਾਡਾ ਉਹ ਵੀ ਇਹ ਚੀਜ਼ ਵਿੱਚ ਲੱਗਾ ਵਾ ਸੋ ਆਪਣਾ ਸਾਰਿਆਂ ਦਾ ਇਕੱਠਿਆਂ ਦਾ ਕੰਮ ਆ ਪਰਿਵਾਰਾਂ ਨੂੰ ਇਕੱਠੇ ਕਰੋ ਨਾਲ ਲਾਓ ਤੇ ਇਹ ਕੰਮ ਸੇਵਾ ਦਾ ਕੰਮ ਆ ਸੇਵਾ ਨਾਲ ਆਪਾਂ ਸੇਵਾ ਨਿਭਾਉਣੀ ਆ ਕਿਸਾਨ ਵੀਰ ਇਹਨਾਂ ਪਿੱਛੇ ਹੀ ਇਹ ਪੰਜਾਬ ਹਿੰਦੁਸਤਾਨ ਆ ਉਹਨਾਂ ਦਾ ਸਾਥ ਦੋ ਸੋ ਵੈਲਕਮ ਬੈਕ ਗੱਲਬਾਤ ਕਰ ਰਹੇ ਸੀ ਨਾ ਕਿ ਮੇਰੀ ਕਿ ਮੈਂ ਆਪਣੀ ਕਾਰਡੀਓਲੋਜੀ ਛੱਡ ਕੇ ਇੱਥੇ ਕਿਦਾਂ ਇਹਨਾਂ ਦੇ ਨਾਲ ਰਲ ਗਿਆ ਮੈਂ ਉਹ ਗੱਲ ਕੀਤੀ ਸੀ ਕਿ ਕਾਰਡੀਓਲੋਜੀ ਜਿਹੜੇ ਸਾਡੇ ਵੱਡੇ-ਵਡੇਰੇ ਉਹਨਾਂ ਤੋਂ ਵੱਡੀ ਨਹੀਂ ਹੋ ਸਕਦੀ ਕਦੀ ਵੀ ਤੁਹਾਡੀ ਐਜੂਕੇਸ਼ਨ ਕਦੀ ਵੀ ਤੁਹਾਡਾ ਕਰੀਅਰ ਤੁਹਾਨੂੰ ਡਾਕਟਰ ਇਸ ਲਈ ਨਹੀਂ ਬਣਾਇਆ ਕਿ ਕਦੀ ਤੁਸੀਂ ਆਪਣੇ ਬਜ਼ੁਰਗਾ ਤੋਂ ਓਲੇ ਹੋ ਜਾਓ ਠੀਕ ਹੈ ਨਾ ਸੋ ਡਾਕਟਰੀ ਤੁਹਾਡੀ ਤੁਹਾਡੇ ਬਜ਼ੁਰਗਾ ਤੋਂ ਤੁਹਾਡੀ ਜ਼ਮੀਨ ਤੋਂ ਕਦੀ ਵੱਡੀ ਨਹੀਂ ਹੋ ਸਕਦੀ ਪਰ ਯਾਰ ਮੈਂ ਵੀ ਕਹਿੰਨਾ ਸਰਕਾਰਾਂ ਨੂੰ ਜਾਂ ਕੋਈ ਵੀ ਜਿਹੜਾ ਸੁਣ ਰਿਹਾ ਜਿੰਨੇ ਸਾਨੂੰ ਆ ਸਥਿਤੀ ਦਿੱਤੀ ਆ ਜਦੋਂ ਕੋਈ ਮੋਰਚਾ ਲਾਉਂਦਾ ਹੁਣ ਆ ਬਜ਼ੁਰਗ ਮੋਰਚੇ ਲਾਉਂਦੇ ਇੱਥੇ ਬੱਚੇ ਤੁਸੀਂ ਵੇਖਦੇ ਜੋ ਇਹਨਾਂ ਦੀ ਐਜੂਕੇਸ਼ਨ ਤੇ ਤੁਸੀਂ ਸੋਚੋ ਕੀ ਇਫੈਕਟ ਹੁੰਦਾ ਜੇ ਇੱਥੇ ਅੱਜ 9 ਮਹੀਨੇ ਸਾਲ ਮੋਰਚਾ ਚੱਲਦਾ ਇਹਦਾ ਮਤਲਬ ਇੱਕ ਇੱਕ ਸਾਲ ਹਰ ਇੱਕ ਨੌਜਵਾਨ ਦਾ ਲੂਜ਼ ਹੋ ਗਿਆ ਤੇ ਲੋਕ ਕਿਹੜੇ ਆ ਇਹ ਲੋਕ ਉਹ ਆ ਜਿਹੜੇ ਭਗਤ ਸਿੰਘ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਚੰਦਰ ਸ਼ੇਖਰ ਆਜ਼ਾਦ ਉਹਨਾਂ ਦੇ ਰਾਹ ਤੇ ਤੁਰਦੇ ਆ ਇਹਦਾ ਮਤਲਬ ਕਿ ਆਪਾਂ ਆਪਣੀ ਕੌਮ ਦੇ ਹੀਰੇਆਂ ਨੂੰ ਐਜੂਕੇਸ਼ਨ ਤੋਂ ਦੂਰ ਲੈ ਕੇ ਜਾ ਰਿਹਾ ਤੇ ਯਾਰ ਇਹ ਬੰਦਾ ਨਹੀਂ ਅਮੀਰਾਂ ਦੇ ਵੱਡੇ ਵੱਡੇ ਬਿਜ਼ਨਸਮੈਨਾਂ ਦੇ ਚੋਰਾਾਂ ਦੇ ਗਦਾਰਾਂ ਦੇ ਨਿਆਣੇ ਪੜਦੇ ਆ ਪੜਦੇ ਆ ਇਸ ਵੇਲੇ ਪੂਰਾ ਪੜਦੇ ਆ ਤੇ ਸ਼ਹੀਦਾਂ ਦੇ ਨਿਆਣੇ ਉਹ ਇੱਥੇ ਰੁਲਦੇ ਆ ਕਿਸਾਨਾਂ ਦੇ ਨਾਲ ਇੱਥੇ ਰੁਲਦੇ ਆ ਵੇਖੋ ਮੈਂ ਇੱਕ ਡਾਕਟਰ ਹੁੰਦੇ ਨਾਤੇ ਮੈਂ ਕੋਈ ਵੀ ਹੋਰ ਗੱਲ ਨਹੀਂ ਕਰਦਾ ਮੈਂ ਬਸ ਇੰਨੀ ਗੱਲ ਕਰ ਰਿਹਾ ਇੱਥੇ ਲੋਕ ਬਹੁਤ ਜ਼ਿਆਦਾ ਸਫਰ ਕਰ ਰਿਹਾ ਇਹ ਇਹ ਜਿਹੜੀ ਚੀਜ਼ ਜਿਹੜੇ ਸੋਚਦੇ ਹਨ ਕਿ ਯਾਰ 9 ਮਹੀਨੇ ਚੱਲ ਜੂਗੀ ਸਾਲ ਚ ਕਿਉਂਕਿ ਇਹ ਰੈਡੀ ਆ 2 ਸਾਲ ਦੀ ਰੈਡੀ ਆ ਪਰ ਆਪਾਂ ਇੱਕ ਇਹ ਇੱਕ ਡਿਵੈਲਪਡ ਕੰਟਰੀ ਆ ਹਿੰਦੁਸਤਾਨ ਇੱਕ ਡਿਵੈਲਪਡ ਕੰਟਰੀ ਆ ਤੇ ਡਿਵੈਲਪਡ ਕੰਟਰੀ ਵਿੱਚ ਇੱਕ ਇੱਕ ਸਾਲ ਨਿਆਣਿਆਂ ਨੂੰ ਤੁਸੀਂ ਕਿੱਦਾਂ ਐਜੂਕੇਸ਼ਨ ਤੋਂ ਦੂਰ ਰੱਖ ਸਕਦੇ ਹੋ ਸੋ ਮੇਰੀ ਇਹੋ ਹੀ اپੀਲ ਆ ਕਿ ਛੇਤੀ ਤੋਂ ਛੇਤੀ ਜਿਹੜਾ ਆ ਕੁਝ ਹੋ ਰਿਹਾ ਇਹਨੂੰ ਖਤਮ ਕੀਤਾ ਜਾਵੇ ਇਹਨਾਂ ਦੀ ਜੋ ਮੰਗਾ ਉਹ ਮੰਗ ਲਓ ਮੰਨ ਲਓ ਕਿਉਂਕਿ ਜੋ ਮੈਂ ਹਾਲ ਵੇਖਿਆ ਕਿ ਇਹ ਵਾਪਸ ਜਾਣ ਵਾਲੇ ਨਹੀਂ ਆ ਭਾਵੇਂ ਜੋ ਮਰਜ਼ੀ ਹੋ ਜੇ ਆ ਬਾਕੀ ਆਪਾਂ ਇਹ ਗੱਲਬਾਤ ਅੱਗੇ ਤੋਰਾਂਗੇ ਆਪਣੇ ਮੈਡੀਕਲ ਕੈਂਪ 'ਚ ਤੁਹਾਨੂੰ ਆਪਣੇ ਮੈਡੀਕਲ ਕੈਂਪ ਦੀ ਲਾਇਬ੍ਰੇਰੀ ਦੀ ਵੀ ਤੁਹਾਨੂੰ ਥੋੜਾ ਜਿਹਾ ਆਪਾਂ ਨਜ਼ਰ ਪਾਉਂਦੇ ਆ ਆ ਆਪਣੀ ਜਿਹੜੀ ਬੁੱਕ ਲਾਇਬ੍ਰੇਰੀ ਆ 3000 ਬੁੱਕ ਦੀ ਲਾਇਬ੍ਰੇਰੀ ਆ ਅੱਜ ਹੋਰ ਕਿਤਾਬਾਂ ਆਉਂਦੀਆਂ ਇੱਧੇ ਪਿੰਡਾਂ ਦੇ ਵੀਰ ਕਿਉਂਕਿ ਇੱਥੇ ਨਾ ਵੌਲੰਟੀਅਰ ਜਿਹੜੇ ਆ ਉਹ ਚਾਹੁੰਦੇ ਆ ਕੰਮ ਕਰਨਾ ਜਿਹੜੇ ਨਿਆਣੇ ਜਿਹੜੇ ਬੱਚੇ ਆ ਜਿਹੜੇ ਯੂਥ ਆ ਉਹ ਚਾਹੁੰਦੇ ਆ ਕਿ ਸਾਨੂੰ ਕੋਈ ਕੰਮੇ ਲਾਵੇ ਪਰ ਕੀ ਹੋ ਰਿਹਾ ਵੱਡੀ ਕਈ ਵੀ ਉਹਨਾਂ ਜਾਣਦੇ ਆ ਇੱਕ ਸੰਸਥਾ ਆ ਦੂਜੀ ਕੋ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਉਹਨਾ دل ਹਟ ਹਟ ਹੁੰਦਾ ਇਸ ਲਈ ਮੈਂ ਆਰਗੇਨਾਈਜੇਸ਼ਨ ਨੂੰ ਇਹੋ ਗੱਲ ਕਹਿਣਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਨਵੋਲ ਕਰੋ ਆਪਣੀ ਵੌਲੰਟੀਅਰ ਵਿੱਚ ਕੋਈ ਇਹ ਯੂਥ ਕੋਈ ਕੰਮ ਨਾ ਹੋਇਆ ਉਹਨਾਂ ਕੋਲ ਵੌਲੰਟੀਅਰ ਓਪਰਚ्युनिटी ਨਾ ਹੋਈ ਤਾਂ ਉਹਨਾਂ ਨੇ ਵਾਪਸ ਮੁੜ ਜਾਣਾ ਵਿਹਲਾ ਤੇ ਕੋਈ ਵੀ ਨਹੀਂ ਬੈਣਾ ਚਾਹੁੰਦਾ ਹੁਣ ਵੇਖੋ ਕੱਲ ਵੀ ਇੱਥੇ 10 ਮੁੰਡੇ ਆਏ ਸੀ ਅੱਜ 5 ਮੁੰਡੇ ਹੋਰ ਆਏ ਆ ਉਹ ਬੜਾ ਵਧੀਆ ਇੱਥੇ ਆਪਣੀ ਪੂਰੀ ਲਾਇਬ੍ਰੇਰੀ ਉਹਨਾਂ ਨੇ ਸੰਭਾਲ ਲਈ ਆ ਨਾ ਮੈਂ ਸਾਨੂੰ ਕੋਈ ਦੱਸਣ ਦੀ ਲੋੜ ਨਾ ਕੁਝ ਇੱਕ ਵੀਰ ਨਾਲ ਆਪਾਂ ਇੰਟਰੋਡਕਟ ਕਰਦੇ ਵੀਰੇ ਕਿੱਦਾਂ ਚੱਲ ਰਿਹਾ ਕੰਮ ਹਾਂਜੀ ਬਹੁਤ ਵਧੀਆ ਜੀ ਕੋਈ ਗ ਗੱਲਬਾਤ ਇਹੀ ਆ ਜੀ ਮੇਨ ਮਕਸਦ ਜਿਹੜਾ ਬੁਕਸ ਦਾ ਆਪਣਾ ਇਹੀ ਆ ਵੀ ਆਪਣੇ ਲੋਕਾਂ ਚ ਲਿਟਰੇਚਰ ਲਈ ਨਾ ਅਵੇਰਨੈਸ ਘੱਟ ਆ ਤੇ ਜਿਵੇਂ ਆਪਾਂ ਮੀਡੀਆ ਕਹਿ ਰਿਹਾ ਵੀ ਇਹ ਅਨਪੜ ਆ ਜਿਵੇਂ ਵੀ ਆ ਇਸ ਤੋਂ ਇਹ ਆਪਾਂ ਸਾਬਤ ਕਰਨਾ ਚਾਹੁੰਦੇ ਆ ਵੀ ਅਸੀਂ ਅਨਪੜ ਨਹੀਂ ਪੜੇ ਲਿਖੇ ਆ ਅਸੀਂ ਲਿਟਰੇਚਰ ਦੇ ਥਰੂ ਆਪਣੀ سپورਟ ਦੇ ਰਹੇ ਆਂ ਕੁਝ ਡਾਕਟਰਸ ਨਾਲ ਗੱਲਬਾਤ ਕਰਦੇ ਆ ਕਿਦਾਂ ਉਹਨਾਂ ਦਾ ਐਕਸਪੀਰੀਅੰਸ ਆ ਕਿਦਾਂ ਵੀਰੇ ਵਾਹ ਭਾਈ ਜੀ ਚੜ੍ਹਦੀ ਕਲਾ ਸਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕੋਈ ਬਿਆਨ ਦੇ ਦਿਓ ਕਿਦਾਂ ਇੱਥੇ ਕੰਮ ਕਰ ਮਤਲਬ ਕਿ ਵਧੀਆ ਚੱਲ ਰਿਹਾ ਕਿਦਾਂ ਸਭ ਮੈਂ एवरीथिंग इज ऑल राइट वेरी गुड बस वीर बड़ी गलते है भाई थोड़ी हिम्मत है तूसी आए थोड़े पीछे असियां आए सारे जाने लग के ठीक है ना बड़ी हिम्मत है तूसी मारी है सबसे पहला जब शुरू किया हुन तो सारे नाल आके जुड़े जांदे ने सब मुंडे चंगी मेहनत कर रहे हैं ने सारे डॉक्टर अपने नाल ये जो यज्ञ चल रहा है किसानों का उसमें हमारी छोटी सी आउती है मैं यहीं लोकल बहादुरगढ़ से हूं और मेरे डॉक्टर भाई है मैं भी पैसे से डॉक्टर हूं ਤੋ ਹਮ ਤੋ ਜਿਤਨਾ ਇਸ ਮੇ ਮਾਮੂਲੀ ਸੀ ਹਮਾਰੀ ਆਉਤੀ ਹੈ ਸਭ ਸੇ ਬੜਾ ਤੋ ਜੋ किसान भाई जिस तरह से यहाँ पे बैठे हुए हैं इतने महीनों से मेरी तो इनके थ्रू जो ये लोग ये चैनल सुन रहे हैं जो जनता जो सुन रही है भारत में रहने वाले विदेश में रहने वाले उनसे बस एक ही वो है कि इन भाइयों की मांगें सुनी जाए और ये बहुत परेशान है और इनका कैसे भी करके इनकी जो भी मांगे हैं इनको पूरी की जाए आप यहाँ पर आके देखोगे मैं तो यहाँ पहली बार पहुँचा हूँ और ये देख के मतलब कि बड़ा वो लगता है कि सरकार कितनी भी इतनी असहनशील कैसे हो सकती है कि ये किसान भाई यहाँ पे ट्रैक्टरों में ट्रोलियों में कोई व्यवस्था नहीं ये तो हमारे जैसे भाई साहब डॉक्टर साहब इन सब की मेहरबानी है जो ये जो हमारा जो पूरा वो इस सिस्टम से चल रहा है तो मेरी तो यही है हम यहाँ डटे रहेंगे चाहे एक महीना हो चाहे साल भर हो सत जय हिंद हम सपोर्ट में है जी हमेशा साथ ही खड़े हैं जो भी फील्ड है यहाँ ट्रीटमेंट हो रही है प्रॉपर जो भी हो रहा है वो बड़ी बढ़िया चल रही है ਆਕਿਨਾ ਯਾਰ ਇੱਕ ਸਪੈਸ਼ਲ ਆ ਆਪਾਂ ਕਹਿਆ ਕੀ ਰਿਸ਼ਤੇ ਲੱਭੜੇ ਨਾ ਮੈਨੂੰ ਮੇਰਾ ਭਰਾ ਮਿਲਿਆ ਇੱਥੇ ਆ ਜਿਹੜਾ ਪੈਟਰੋਲ ਪੰਪ ਹੈ ਨਾ ਭਾਈ ਦਾ ਵਾ ਕਦੀ ਵੀ ਸਾਨੂੰ ਕਿਸੇ ਚੋਜ ਚੀਜ਼ ਦੀ ਲੋੜ ਹੋਵੇ ਇਹ ਹੀ ਆਪਣੇ ਭਰਾ ਕੋਲ ਚਲ ਜਾਂਦੇ ਆ ਵਾਈਫਾਈ ਛੱਡੋ ਇਹਨਾਂ ਦੇ ਬਾਥਰੂਮ ਛੱਡੋ ਕਿਹੜੀ ਚੀਜ਼ ਹੈ ਜਿਹੜੀ ਇਹਨਾਂ ਦੀ ਵਰਤਨ ਨਹੀਂ ਦਏ ਤੇ ਉਹ ਇਹਨਾਂ ਦੀ ਇੰਟਰੋਡਕਸ਼ਨ ਮੈਂ ਤੁਹਾਨੂੰ ਜਦੋਂ ਮੈਂ ਵਾਪਸ ਆ ਗਿਆ ਉਦੋਂ ਜ਼ਿਆਦਾ ਦਊਂਗਾ ਬੈਠ ਕੇ ਗੱਲਬਾਤ ਪੂਰੀ ਕਰਾਂਗੇ ਪਰ ਛੋਟਾ ਜਿਹਾ ਅੱਜ ਪ੍ਰੋਬਲਮ ਚੱਲਣ ਦੀ ਆ ਇੱਕ ਗੱਲ ਬਹੁਤ ਜ਼ਰੂਰੀ ਆ ਮੇਰੀ ਧਿਆਨ ਨਾਲ ਸੁਣ ਜਿੰਨੇ ਵੀ ਪੰਜਾਬ ਹਰਿਆਣੇ ਦੇ ਕਿਸ ਉਨਾਂ ਨੇ ਆਪਾਂ ਨੂੰ ਕਹਿ ਦਿੱਤਾ ਕਿ ਉਹਨਾਂ ਦੇ ਵੱਡੇ ਭਾਈ ਆਂ ਵੱਡੇ ਭਾਈ ਕਹੇ ਤਾ ਨਾ ਵੱਡਾ ਭਾਈ ਆਪਾਂ ਕਦੀ ਛੋਟੇ ਭਰਾ ਦੇ ਘਰ ਜਾ ਕੇ ਗੰਦ ਪਾਵਾਂਗੇ ਨਹੀਂ ਪਾਵਾਂਗੇ ਨਾ ਉਹਨਾਂ ਦੇ ਪੰਪਾਂ ਤੇ ਆ ਕੇ ਉਹਨਾਂ ਦੇ ਘਰਾਂ ਜਾ ਕੇ ਗੰਦ ਪਾਵਾਂਗੇ ਨਹੀਂ ਪਾਵਾਂਗੇ ਨਾ ਯਾਰ ਸਾਰੇ ਆਪਾਂ ਹੁਣ ਸਟ੍ਰਿਕਟ ਹੋ ਜਾਈਏ ਪਹਿਲੀ ਗੱਲ ਤੇ ਆਪ ਆਪਣਾ ਖਲਾਰਾ ਚੁੱਕੀਏ ਦੂਜੀ ਗੱਲ ਜੇ ਕੋਈ ਕਿਤੇ ਆ ਕੇ ਖਲਾਰਾ ਪਾਉਂਦਾ ਉਹਨੂੰ ਵੀ ਰੋਕੀਏ ਕਿ ਆਪਾਂ ਆਪਣੇ ਛੋਟੇ ਵੀਰ ਦੇ ਘਰ ਆਏ ਆ ਇਹਨਾਂ ਦੇ ਬਿਜ਼ਨੈਸ ਇਸ ਫੈਕਟਰੀ ਹੋਣੀ ਚਾਹੀਦੀ ਜਿਹੜਾ ਮੇਰਾ ਵੀਰ ਰੈਂਟ ਦੇ ਸਕਦਾ ਜਿਹੜਾ ਜਿੰਨੇ ਜਿਸੇ ਥਾ ਲਈ ਆ ਉਥੇ ਰੈਂਟ ਵੀ ਦੋ ਆਪਣਾ ਪੂਰੀ ਇਹਨਾਂ ਦੀ ਖਾਤਰਦਾਰੀ ਕਰੋ ਉਹਨਾਂ ਨੇ ਮੰਗਣਾ ਤਾਂ ਕੋਈ ਨਹੀਂ ਆ ਜੋ ਵੀ ਤੁਹਾਡਾ ਬੰਦਾ ਉਹ ਇਹਨਾਂ ਦਾ ਕਰ ਬਾਈ ਜੀ ਆਪ ਕੋਈ ਬਿਆਨ ਦਿਓ ਭਾਈ ਜੀ ਹੈਲੋ ਮਾਈਸੈਲਫ ਦੀਪਕ ਰਾਟੀ ਫਰਮ ਮਾਰਕੇ ਫਿਲਿੰਗ ਸਟੇਸ਼ਨ ਅੱਜ ਬਹੁਤ ਅੱਛਾ ਲੱਗ ਰਿਹਾ ਹੈ ਕਿ ਅੱਜ ਅਸੀਂ ਇੱਕ ਮੁੱਦਾ ਮਿਲਾ ਹੈ ਕਿ ਅਸੀਂ ਇਤਨੇ ਸਾਰੇ ਲੋਕ ਇਤਨਾ ਸਾਰਾ ਭਾਈਚਾਰਾ ਇੱਕ ਸੱਤ ਜੁੜ ਗਿਆ ਹੈ ਔਰ ਹਮੇ ਇਹ ਆਕਰ ਬੜੀ ਖੁਸ਼ੀ ਹੋ ਰਹੀ ਹੈ ਕਿ ਇਤਨੇ ਸਾਰੇ ਭਾਈਚਾਰਾ पंजाब को हरियाणा राजस्थान हर जगह से लोग आए हुए हैं और मुझे बहुत खुशी हो रही है कि एक मुद्दा हमें आज मिला है जिसके लिए आज हम एक साथ जुट एकजुट हुए हैं और संघर्ष के लिए लड़ाई लड़ रहे हैं और मैं आशा करता हूँ कि शायद इस संघर्ष में हमें लास्ट में जीत ज़रूर मिलेगी सफलता ज़रूर मिलेगी थानूँ पता सही रहन बसेरे काम कर लगे बुजुर्ग सू मेट्रिक की लड़ पी वो भी दूर होगी ਟੈਂਟਾਂ ਦੀ ਪਤਾ ਕਿ ਜਿਹੜੀ ਵੀ ਚੀਜ਼ ਸਾਨੂੰ ਲੋਡ ਹੀ ਨਾ ਹੁਣ ਤੱਕ ਉਹ ਸ਼ੁਰੂ ਕਰ ਲਈ ਸਾਡੇ ਕੋਲ ਪਹੁੰਚ ਗਿਆ ਬਾਕੀ ਵੀਰ ਦੂਰ ਆਏ ਵੀਰੇ ਕੋਈ ਮੈਸੇਜ ਆਪਣੇ ਅਮਰੀਕਾ ਦੇ ਚੈਨਲ ਤੋਂ ਵੈਰੀ ਨਾਈਸ ਭਾਜੀ ਮੈਸੇਜ ਇਹ ਆ ਵੀ ਬਣੀ ਨੇ ਭੇਜਿਆ ਸਮਾਨ ਟੜ ਲਿਆ ਤੇ ਠੰਡ ਬਹੁਤ ਹੋ ਗਈ ਆ ਤੇ ਗਰਮ ਕੱਪੜੇ ਲੈ ਕੇ ਜਾਓ ਤੇ ਨਾਲ ਲਿਆਂਦਾ ਸੀ ਪਾਣੀ ਦਾਲਾਂ ਤੇ ਨਾਲ ਆਇਆ ਜੇ ਸਰੋਂ ਦਾ ਤੇਲ ਤੇ ਹੋਰ ਕੋਈ ਹੁਕਮ ਹੋਊਗਾ ਫੇਰ ਆ ਜਾਾਂਗੇ ਭਾਈਚਾਰਾ ਪਿਆਰ ਮੈਨੂੰ ਇਹੋ ਦੱਸਿਆ ਸਾਡੇ ਇੱਥੇ ਭਰਾ ਮਿਲਦੇ ਆ ਰੋਜ਼ ਰੋਜ਼ ਵਧੀਆ ਲੋਕਾਂ ਨਾਲ ਮਿਲਣ ਮਿਲਦਾ ਬਾਕੀ ਇਹਨਾਂ ਦਾ ਗਰੁੱਪ ਆ ਪਿਛਲੇ ਕੁਝ ਦਿਨ ਪਹਿਲਾਂ ਵੀ ਆਏ ਸੀ ਲੱਕੜਾ ਦੇ ਕੇ ਗਏ ਇੰਦਾ ਬਾਲਣ ਜਰਾਬਾਂ ਹੋਰ ਚੀਜ਼ਾਂ ਸੋ ਮੈਂ ਉਹਨਾਂ ਨੂੰ ਵੀ ਕਹੀ ਬਈ ਤੁਸੀਂ ਗਰੁੱਪ ਬਣਾਓ ਇੰਦਾ ਹੀ ਗਰੁੱਪ ਚ ਆਉਂਦੇ ਆ ਜਿਹੜੀ ਚੀਜ਼ ਦੀ ਇੱਥੇ ਲੋੜ ਹੁੰਦੀ ਹੈ ਪਹਿਲਾਂ ਪੁੱਛਦੇ ਆ ਕੀ ਚਾਹੀਦਾ ਉਹਦੇ ਹਿਸਾਬ ਨਾਲ ਦੇਖ ਜਾਂਦੇ ਸੋ ਸਾਰਿਆਂ ਨੂੰ ਇਹੋ ਹੀ ਬੇਨਤੀ ਆ ਆਉਣ ਤੋਂ ਪਹਿਲਾਂ ਜਥੇਬੰਦੀਆਂ ਜਿੰਨੀਆਂ ਵੀ ਆ ਜਿੰਨੇ ਵੀ ਇੱਥੇ ਲੋਕਾਂ ਦੀ ਸੇਵਾ 'ਚ ਲੱਗੇ ਆ ਉਹਨਾਂ ਨੂੰ ਪੁੱਛੋ ਤੁਹਾਨੂੰ ਲੋੜ ਕਿ ਨਹੀਂ ਕਿ ਤੁਹਾਡਾ ਵੀ ਪੈਸਾ ਵੇਸਟ ਨਾ ਹੋਵੇ ਇਹ ਬਹੁਤ ਜ਼ਰੂਰੀ ਆ ਬਾਕੀ ਵੀਰ ਤੂੰ ਦੱਸ ਯਾਰ ਕੋਈ ਗੱਲ ਬਾਤ ਹਾਂਜੀ ਭਾਈ ਸასიਖਾਲ ਤੁਹਾਡਾ ਸਵਾਗਤ ਕਰਦੇ ਆ ਜੀ ਭਾਜੀ ਤੋਂ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਭਾਜੀ ਨੂੰ ਹੋਗੇ ਜਦੋਂ ਦਾ ਇੱਥੇ ਤਰਨਾ ਸ਼ੁਰੂ ਹੋਇਆ ਜੀ ਭਾਜੀ ਉਹਦੇ ਤੋਂ ਇੱਥੇ ਆ ਔਰ ਭਾਜੀ ਇੱਥੇ ਡਾਕਟਰ ਸਾਹਿਬ ਨੇ ਪਰ ਭਾਜੀ ਜਦੋਂ ਦੇ ਇੱਥੇ ਆ ਇੰਡੀਆ ਆਏ ਆ ਇਹ ਸਿੱਧੀ ਆਪ ਦੇ ਮਨ 'ਚ ਧਾਰ ਕੇ ਕਿ ਸੇਵਾ ਕਰਨੀ ਆ ਜਦੋਂ ਦੇ ਭਾਜੀ ਆਏ ਉਹਦੇ ਭਾਜੀ ਘਰ ਵੀ ਨਹੀਂ ਗਏ ਇੱਕ ਵਾਰ ਇੱਕ ਵਾਰ ਵੀ ਜੋ ਬੰਦੇ ਪਿੰਡਾਂ ਚ ਫਿਰਦੇ ਆ ਜੋ ਕਿਤੇ ਵੀ ਐਸ ਟਾਈਮ ਵੀ ਇੱਥੇ ਪਹੁੰਚੋ ਵੱਤਵਾਂ ਸੁਜੋਗ ਪਾਓ ਆਪਣੇ ਪਿੰਡਾਂ ਦੇ ਸਰਪੰਚ ਹੁੰਦੇ ਆ ਇੱਥੇ ਮੋਰਚਿਆਂ ਚ ਵੀ ਸਰਪੰਚ ਮਿਲ ਗਏ ਸਾਨੂੰ ਤੇ ਸਰਪੰਚ ਸਾਹਿਬ ਸਰਦਾਰ ਮਲਕੀਤ ਸਿੰਘ ਜੀ ਹੁਣੀ ਪਹਿਲੇ ਦਿਨ ਤੋਂ ਸਾਡਾ ਸਾਥ ਦੇ ਰਹੇ ਆ ਜਿਹੜੀ ਵੀ ਚੀਜ਼ ਦੀ ਮੈਨੂੰ ਲੋੜ ਹੁੰਦੀ ਆ ਇਹ ਪੂਰੀ ਕਰਦੇ ਆ ਸੋ ਥੋੜਾ ਜਿਹਾ ਕੀ ਆਪਣੇ ਅਮਰੀਕਨ ਆਡੀਅੰਸ ਲਈ ਕੁਝ ਤੁਹਾਡਾ ਕੋਈ ਗੱਲਬਾਤ ਜੀ ਡਾਕਟਰ ਸਾਹਿਬ ਪਹਿਲੀ ਗੱਲ ਤਾਂ ਇਹ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਜਿੱਦਾਂ ਦੇ ਤੁਸੀਂ ਇੱਥੇ ਆਇਓ ਆਣ ਥੱਕੋ ਮੈਂ ਇਹ ਕਹਿਣਾ ਹੁਣਾ ਜਿਹੜੇ ਮੇਰੇ ਨਾਲ ਮੁੰਡੇ ਆਇਆ ਮੈਂ ਕਿਹਾ ਵੀ ਡਾਕਟਰ ਸਾਹਿਬ ਦੇਖੋ ਵੀ 2 ਮਿੰਟ ਮੈਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਸਾਰੇ ਨੌਜਵਾਨਾਂ ਨੂੰ ਜਿੰਨੇ ਵੀ ਉੱਥੇ ਹੈਗੇ ਆ ਬਈ ਆਪਾਂ ਉੱਥੇ ਬਣਾਉਣ ਜਾ ਰਹੇ ਆਂ ਜੀ ਇੱਕ ਪਿੰਡ ਉਹਦੇ ਵਿੱਚ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਓ ਮੈਂ ਦੱਸ ਹੀ ਨਹੀਂ ਸਕਦਾ ਡਾਕਟਰ ਸਾਹਿਬ ਦਾ ਨਾ ਰਾਤ ਨੂੰ ਟੇਕ ਨਾ ਦਿਨ ਨੇ ਟੇਕ ਜਦੋਂ ਵੀ ਜਾਣਿਆ ਮੈਂ ਜਾਂ ਕੋਈ ਵੀ ਕੰਮ ਹੋਵੇ ਮੈਂ ਡਾਕਟਰ ਸਾਹਿਬ ਨੂੰ ਪਹਿਲਾਂ ਕਿਹਾ ਜੀ ਮੈਨੂੰ ਦੱਸੋ ਮੈਂ ਜਿੰਨੀ ਜੋਗ ਹੈਗੇ ਅਸੀਂ ਤੁਹਾਡਾ ਸਾਥ ਦੇ ਸਕਦੇ ਆ ਤੇ ਬਾਕੀ ਮੋਦੀ ਸਰਕਾਰ ਨੂੰ ਪਤਾ ਹੀ ਆ ਵੀ ਡੇਰੇ ਪੱਕੇ ਲਾ ਲਿਆ ਜਿੰਨਾ ਚਿਰ ਸਾਡੇ ਕਾਲੇ ਕਾਨੂੰਨ ਤਿੰਨੇ ਵਾਪਸ ਨਹੀਂ ਹੁੰਦੇ ਅਸੀਂ ਉਹਨਾਂ ਚਿਰ ਇੱਥੇ ਮੋਰਚੇ ਤੇ ਡਟੇ ਰਹਾਂਗੇ ਗੱਲ ਸਹੀ ਆ ਸਰਪੰਚ ਸਾਹਿਬ ਨੇ ਕੀਤੀ ਕਿਉਂਕਿ ਹੁਣ ਨਾ ਲੋਕ ਜਿਹੜੇ ਆ ਵੇਖੋ ਅਸੀਂ ਵੇਖਦੇ ਆ ਕਿੰਨੇ ਤੰਗ ਆ ਤੰਗ ਲੋਕਾਂ ਨੂੰ ਹੋਰ ਤੰਗ ਨਾ ਕਰੀਏ ਆਪਾਂ ਮੋਦੀ ਸਰਕਾਰ ਜਾਂ ਕਿਹੜੀ ਵੀ ਜਿਹੜੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਸਕਦੇ ਆ ਕਿ ਇਹ ਹੁਣ ਇਹਨਾਂ ਆਰਜਾ ਪਾਰ ਦੀ ਲੜਾਈ ਬਣਾ ਲਈ ਇਹਨਾਂ ਨੇ ਤੇ ਇਹਨਾਂ ਇਹਨਾਂ ਨੇ ਘਰ ਨਹੀਂ ਜਾਣਾ ਮੈਂ ਵੇਖ ਲਿਆ ਇਹਨਾਂ ਨੇ ਘਰ ਨਹੀਂ ਜਾਣਾ ਤੁਸੀਂ ਜੋ ਮਰਜ਼ੀ ਕਰ ਲੋਗੇ ਅੱਜ ਵੇਖੋ ਮੇਰੇ ਹੱਥਾਂ 'ਚ ਇੱਕ ਕਿਸਾਨ ਦੀ ਡੈਥ ਹੋਈ ਆ ਇੱਕ ਕਿਸਾਨ ਦੀ ਮੌਤ ਹੋਈ ਆ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਜੋ ਮੇਰੇ ਦਿਲ ਨੇ ਅੱਜ ਮਹਿਸੂਸ ਕੀਤਾ ਸੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਤੁਹਾਨੂੰ ਦੱਸਦਾ ਐਜ਼ ਅ ਡਾਕਟਰ ਦੱਸਣ ਦਿਆਂ ਕਿਸਾਨਾਂ ਨੇ ਕੀ ਨਹੀਂ ਜਾਣਾਂ ਜਿਹੜੇ ਡਾਕਟਰ ਮੇਰੇ ਨਾਲ ਆ ਆਪਣੇ ਜੋਬਾ ਛੱਡ ਕੇ ਆ ਗਏ ਆ ਇੱਥੇ ਹੋਰ ਲੋਕਾਂ ਨੇ ਆ ਜਾਣਾ ਫਿਰ ਔਖਾ ਹੋਈ ਜਾਣਾ ਸੋ ਬੈਟਰ ਆ ਇਹ ਗੱਲ ਖਤਮ ਕਰੀਏ ਇਹਨਾਂ ਦੀਆਂ ਮੰਗਾਂ ਮੰਨਿਏ ਤੇ ਇਹਨਾਂ ਨੂੰ ਘਰੇ ਤੋਰੀਏ ਲੋਕਾਂ ਲੱਗਦਾ ਯਾਰ ਡਾਕਟਰ ਯਾ ਪੜਾਕੂ ਹੁੰਦੇ ਆ ਕੋਈ ਕੁਝ ਜਾਣ ਦੇਣੀ ਆ ਇੱਥੇ ਜਿੰਨਾ ਵੀ ਇਹ ਰਹਿਣ ਬਸੇਰੇ ਦਾ ਕੰਮ ਕਰਨ ਦੇਣਾ ਭਾਵੇਂ ਪ੍ਰਾਲੀ ਲਿਆਉਂਦੇ ਆ ਖਿੱਚ-ਖਿੱਚ ਕੇ ਡਾਕਟਰੀ ਕਰਨਦੇ ਆ ਪ੍ਰਾਲੀ ਕੀ ਬੈਂਬੂ ਕੀ ਟੈਂਟ ਕੀ ਸਾਰੇ ਇੱਥੇ ਡਾਕਟਰਾਂ ਦਾ ਕੰਮ ਆ ਭਾਵੇਂ ਮੈਡੀਕਲ ਪ੍ਰੋਫੈਸ਼ਨਰ ਦੀ ਮੈਂ ਗੱਲ ਕਰ ਰਿਹਾ ਸੋ ਜਿੰਨੇ ਵੀ ਪੰਜਾਬ ਹਰਿਆਣੇ ਦੇ ਡਾਕਟਰ ਆ ਉਹ ਇਨਾਂ ਵੀਰਾਂ ਤੋਂ ਸਿੱਖੋ ਦੂਰੋਂ ਆਸਾਮ ਤੋਂ ਕੋਈ ਆਉਂਦਾ ਕੋਈ ਕਰਨਾਟਕਾ ਤੋਂ ਹਰਿਆਣੇ ਤੋਂ ਤੁਸੀਂ ਵੀ ਇਨਾਂ ਦੇ ਨਾਲ ਲੱਗੋ ਸੇਵਾ ਦਾ ਟਾਈਮ ਇੱਥੇ ਇਹ ਨਾ ਵੇਖੋ ਡਾਕਟਰੀ ਦਾ ਕੰਮ ਦਵਾਈ ਆ ਆ ਵੀਰ ਕੋਈ ਪ੍ਰਾਰੀ ਚੁੱਕੀ ਲਿਆਉਂਦਾ ਕੋਈ ਕੁਝ ਲਿਆਉਂਦਾ ਸੋ ਇੱਥੇ ਅਸੀਂ ਬਹੁਤ ਕੁਝ ਸਿੱਖਣਾ ਤੇ ਡਾਕਟਰ ਨੇ ਸ਼ਾਇਦ ਇਹ ਕਿ ਸਿੱਖਣਾ ਕਿ ਸੇਵਾ ਕਿੱਦਾਂ ਕਰੀਦੀ ਆ ਆ ਬਾਕੀ ਆਪਾਂ ਗੱਲਬਾਤ ਕੰਟੀਨਿਊ ਕਰਾਂਗੇ ਅਗਲੇ ਹਫਤੇ ਮਿਲਾਂਗੇ ਇੱਕ ਨਵੇਂ ਸ਼ੋਅ ਦੇ ਨਾਲ ਇਜਾਜ਼ਤ ਦਿਓ ਥੈਂਕ ਯੂ